ਅਮਰਤਾ ਪ੍ਰੀਤਮ ਦੀ ਪੁਸਤਕ ਆਵਾਜ਼ ਦੀ ਦੁਨੀਆ ਦਾ ਅਗਲਾ ਅੰਗ ਹੈ ਮਾਹੌਲ ਦੀ ਰੰਗੀਨ ਮિજાਜੀ ਲਾਹੌਰ ਰੇਡੀਓ ਨੇ ਚੰਗੇ ਕਲਾਕਾਰਾਂ ਦੀ ਇੱਜ਼ਤ ਅਫਜ਼ਾਈ ਦੀ ਰਵਾਇਤ ਕਾਇਮ ਕੀਤੀ ਸੀ ਜਦੋਂ ਵੀ ਕਿਸੇ ਵੱਡੇ ਕਲਾਕਾਰ ਦੇ ਆਉਣ ਦਾ ਵੇਲਾ ਹੁੰਦਾ ਦੋ ਤਿੰਨ ਅਫਸਰ ਉਹਦੀ ਅਗਵਾਈ ਲਈ ਖਲੋਤੇ ਹੁੰਦੇ ਸਲਾਮ ਦੁਆ ਤੋਂ ਬਾਅਦ ਉਹਨੂੰ ਆਦਰ ਨਾਲ ਰਿਸੈਪਸ਼ਨ ਰੂਮ 'ਚ ਲੈ ਜਾਂਦੇ ਜਿੱਥੇ ਚਾਹ ਪਾਣੀ ਮੰਗਵਾਇਆ ਜਾਂਦਾ ਤੇ ਪ੍ਰੋਗਰਾਮ ਤੋਂ ਬਾਅਦ ਕਈ ਅਫਸਰ ਰਲ ਕੇ ਉਹਨੂੰ ਬਾਹਰ ਗੱਡੀ ਤੱਕ ਛੱਡਣ ਜਾਂਦੇ ਪਰ ਦਿੱਲੀ ਰੇਡੀਓ ਨੇ ਇਹੋ ਜੀ ਅਗਵਾਈ ਸਿਰਫ ਸਿਆਸਤਦਾਨਾਂ ਲਈ ਰੱਖਵੀਂ ਰੱਖ ਲਈ ਸੀ। ਅਜੇ ਆ ਸਵਾਗਤ ਕਲਾਕਾਰਾਂ ਵਾਸਤੇ ਨਹੀਂ ਸੀ ਹੁੰਦਾ। ਮੈਨੂੰ ਦਫ਼ਤਰੀ ਮਾਹੌਲ ਦੀ ਹਲਕੀ ਜੀ ਰੰਗੀਨ ਮਜਾਜ਼ੀ ਦਾ ਬਹੁਤ ਇਲਮ ਨਹੀਂ। ਮੈਂ ਕਦੇ ਦਫ਼ਤਰੀ ਵੇਲੇ ਵਿੱਚ ਉੱਥੇ ਨਹੀਂ ਸੀ ਹੁੰਦੀ। ਸવાય ਕਿਸੇ ਉਸ ਦਿਨ ਦੇ ਜਦੋਂ ਕਿਸੇ ਸੰਗੀਤ ਰੂਪਕ ਦੀ ਤਿਆਰੀ ਕਰਵਾਉਣੀ ਹੁੰਦੀ ਸੀ। ਮੈਂ ਜਦੋਂ ਪਹੁੰਚਦੀ ਸਾਂ ਸਾਰਾ ਦਫ਼ਤਰ ਬੰਦ ਹੁੰਦਾ ਸੀ ਤੇ ਸવાય ਡਿਊਟੀ ਅਫਸਰਾਂ ਦੇ ਉੱਥੇ ਕੋਈ ਨਹੀਂ ਸੀ ਹੁੰਦਾ। ਉਹਨਾਂ ਡਿਊਟੀ ਅਫਸਰਾਂ ਵਿੱਚ ਇੱਕ ਸ਼ਸ਼ੀ ਕਪੂਰ ਸਾਂ ਜੋ ਡਿਊਟੀ ਤੇ ਹੁੰਦੇ ਤਾਂ ਹਮੇਸ਼ਾ ਮੇਰੀ ਜਾਣ ਵੇਲੇ ਬਾਹਰ ਗੱਡੀ ਤੱਕ ਮੈਨੂੰ ਛੱਡਣ ਆਉਂਦੇ ਹਮੇਸ਼ਾ ਆਖਦੇ ਪੈਰੀ ਪਹਿਨਾ ਤੇ ਮੈਂ ਹਮੇਸ਼ਾ ਆਖਦੀ ਜਿਉਂਦੇ ਰਹੋ ਇੱਕ ਸਨੇਚਰਵਾਰ ਸੀ ਤੇ ਅਗਲੇ ਦਿਨ ਐਤਵਾਰ ਦੀ ਛੁੱਟੀ ਸੀ ਇਸ ਲਈ ਉਹਨਾਂ ਆਖਿਆ ਅੱਛਾ ਸੋਮਵਾਰ ਤੱਕ ਪੈਰੀ ਪਹਿਨਾ ਤੇ ਸਹਿਜ ਮੇਰੇ ਮੂੰਹ ਨਿਕਲੇ ਅੱਛਾ ਸੋਮਵਾਰ ਤੱਕ ਜਿਉਂਦੇ ਰਹੋ ਉਸ ਦਿਨ ਉਹ ਵੀ ਖੁੱਲ ਕੇ ਹੱਸੇ ਤੇ ਨੇੜੇ ਤੇੜੇ ਵਾਲੇ ਵੀ ਤੇ ਇਹ ਗੱਲ ਕਪੂਰ ਸਾਹਿਬ ਵਰਿਆਂ ਤੱਕ ਯਾਦ ਕਰਦੇ ਰਹੇ ਖੁਦੀ ਲੋਕਾਂ ਨੂੰ ਸੁਣਾਉਂਦੇ ਇਤਿਹਾਸ ਤੇ ਕਦੇ-ਕਦੇ ਕੋਈ ਰੋਮਾਂਟਿਕ ਅਵਾਈ ਵੀ ਹਵਾਵਾਂ ਚ ਫੈਲ ਜਾਂਦੀ। ਇੱਕ ਵਾਰੀ ਤਿੰਨ ਡਿਊਟੀ ਅਫਸਰ ਬੈਠੇ ਸਨ। ਮੈਂ ਅੰਦਰ ਸਟੂਡੀਓ ਵਿੱਚ ਚਲੀ ਗਈ ਸਾਂ ਕਿ ਉਹ ਮੇਰੇ ਬਾਦ ਗੱਲਾਂ ਕਰਨ ਲੱਗੇ। ਅਮਰਤਾ ਕੀ ਆਵਾਜ਼ ਕبھی ਡੋਲਦੀ ਠੜਕਦੀ ਨਹੀਂ। ਆਜ ਕੁਝ ਕਰਤੇ ਹੈ। ਉਸ ਵੇਲੇ ਇੱਕ ਅਫਸਰ ਮਿਸਟਰ ਗੋਡ ਅੰਦਰ ਮੇਰੇ ਸਟੂਡੀਓ ਚ ਆਏ ਕਿੰਨ ਲਗੇ ਸਾਹਿਰ ਸਾਹਿਬ ਆਏ ਹੈ, ਆਪਸੇ ਮਿਲ ਲੈ। ਬਾਹਰ ਬਿਠਾ ਦिए। ਕਿ ਉਹ ਪ੍ਰੋਗਰਾਮ ਕੇ ਬਾਅਦ ਮਿਲेंगे ਤੇ ਇਨਾ ਕਹਿ ਕੇ ਉਹ ਚਲੇ ਗਏ ਮੇਰੀ ਆਵਾਜ਼ ਤੋਂ ਉਸ ਦਿਨ ਦਾ ਦੀ ਅਨਾਉਂਸਮੈਂਟ ਵੀ ਲਈ ਸਤਮੁਜੀ ਕੇ ਕੰਬਣੀ ਜੀ ਆ ਗਈ ਸੀ ਜੋ ਮੇਰੇ ਵਾਸਤੇ ਨਹੀਂ ਸੀ ਪ੍ਰੋਗਰਾਮ ਤੋਂ ਬਾਅਦ ਮੈਂ ਡਿਊਟੀ ਰੂਮ ਚ ਗਈ ਤੇ ਕੁਝ ਲਬਦੀਆਂ ਅੱਖਾਂ ਨਾਲ ਇਧਰ ਉਧਰ ਵੇਖਿਆ ਤਾਂ ਤੈਨੋਂ ਅਫਸਰ ਹੱਸ ਪਏ ਉਸ ਵੇਲੇ ਗੌੜ ਨੇ ਆਖਿਆ ਹਮ ਗੌਰ ਸੇ ਸੁਣਤੇ ਰਹੇ ਦੇਖਾ ਅਜ ਆਪਕੀ ਆਵਾਜ਼ ਸਟੈਡੀ ਨਹੀਂ ਥੀ ਤੇ ਉਸ ਵੇਲੇ ਮੈਨੂੰ ਉਹਨਾਂ ਦੀ ਸਾਜ਼ਿਸ਼ ਦਾ ਪਤਾ ਲੱਗਾ ਇਕਵਰੀ ਸਾਹਿਰ ਸੱਚਮੁੱਚ ਆਏ ਸਨ ਪਹਿਲਾਂ ਉਰਦੂ ਸੈਕਸ਼ਨ 'ਚ ਬੈਠੇ ਰਹੇ ਫਿਰ ਜਦੋਂ ਉਰਦੂ ਸੈਕਸ਼ਨ 'ਚੋਂ ਚਲੇ ਗਏ ਤਾਂ ਕਈ ਲੋਕ ਉਹਨਾਂ ਨੂੰ ਮਿਲਣ ਲਈ ਉਰਦੂ ਸੈਕਸ਼ਨ ਗਏ ਜਿੱਥੇ ਉਹ ਨਹੀਂ ਸਨ ਲੋਕ ਪੁੱਛਦੇ ਕਿ ਉਹ ਕਿੱਥੇ ਹਨ ਸੈਕਸ਼ਨ ਵਾਲੇ ਕਹਿੰਦੇ ਹੁਣ ਇੱਥੇ ਸੀ ਪਤਾ ਨਹੀਂ ਕਿੱਥੇ ਚਲੇ ਗਏ ਤੇ ਅਖੀਰ ਚਿਰ ਪਿੱਛੋਂ ਉਰਦੂ ਸੈਕਸ਼ਨ ਦੇ ਅਫਸਰ ਨੇ ਕਿਹਾ ਰੇ ਬਈ ਸਾਹਿਰ ਕੋ ਢੂੰਡਣਾ ਹੈ ਤਾਂ ਪੰਜਾਬੀ ਸੈਕਸ਼ਨ 'ਮੇ ਜਾਓ ਤੇ ਗਲਪਲਾਂ 'ਚ ਸਾਰੇ ਸਟੇਸ਼ਨ ਦੀ ਹਵਾ 'ਚ ਰਲ ਗਈ ਯਾਦ ਆਉਂਦਾ ਹੈ ਕਿ ਇੱਕ ਦਿਨ ਮੇਰੀਆਂ ਨਜ਼ਮਾਂ ਦਾ ਬ੍ਰਾਡਕਾਸਟ ਸੀ ਜਿਨ੍ਹਾਂ ਚੋਂ ਇੱਕ ਨਜ਼ਮ ਦੀ ਸਤਰ ਸੀ ਫੇਰ ਸਾਨੂੰ ਕਿਉਂ ਤੇਰੀ ਦਹਲੀਜ਼ ਚੇਤੇ ਆ ਗਈ ਲੱਖਾਂ ਖਿਆਲ ਪੌੜੀਆਂ ਚੜਦੇ ਉਤਰਦੇ ਨੇ ਗਾਡ ਡਿਊਟੀ ਰੂਮ ਚ ਸੀ ਪੰਜਾਬੀ ਪੂਰੀ ਤਰ੍ਹਾਂ ਸਮਝ ਨਹੀਂ ਸੀ ਆਉਂਦੀ ਪਰ ਇਹ ਸਤਰ ਦਾ ਸਾਰ ਗਾਡ ਨੇ ਸਮਝ ਲਿਆ ਮੈਂ ਪ੍ਰੋਗਰਾਮ ਕਰਕੇ ਡਿਊਟੀ ਰੂਮ ਚ ਆਈ ਤੇ ਜਦੋਂ ਬਾਹਰ ਨਿਕਲੀ ਘਰ ਪਰਤਣ ਲਈ ਤਾਂ ਗਾਡ ਨੇ ਪਿੱਛੇ ਪਿੱਛੇ ਆ ਕੇ ਕਿਹਾ ਸੁਣੀਏ ਸਾਹਿਰ ਦਾ ਘਰ ਕਿਹੜਾ ਉੱਪਰ ਕੀ ਮੰਜ਼ਿਲ ਪਰ ਹੈ ਬਹੁਤ ਸੀੜੀਆਂ ਚੜ੍ਹਨੀ ਪड़ती हैं मैं हंस के क्या मैंने तो देखा नहीं आप कभी बंबई जाएं तो देखा ना गॉड ਦਾ ਹਰ ਮਜ਼ਾਕ ਬੜਾ ਸਾਦਾ ਦਿਲ ਤੇ ਦੋਸਤਾਨਾ ਹੁੰਦਾ ਸੀ ਉਹਦੀ ਜ਼ਿੰਦਗੀ ਦਾ ਇੱਕ ਹਾਦਸਾ ਸਾਨੂੰ ਬਹੁਤ ਸਾਰਿਆਂ ਨੂੰ ਪਤਾ ਸੀ ਕਿ ਕਈ ਸਾਲ ਪਹਿਲਾਂ ਜਦੋਂ ਆਪਣੇ ਪਾਦਰੀ ਬਾਪ ਦੇ ਕੋਲ ਰਹਿੰਦਾ ਹੁੰਦਾ ਸੀ ਤਾਂ ਨੇੜੇ ਦੀ ਘਰ ਦੀ ਇੱਕ ਜਵਾਨ ਲੜਕੀ ਹਾਮਲਾ ਹੋ ਗਈ ਸੀ ਉਹ ਰਾਤ ਦੇ ਹਨੇਰੇ ਚ ਗॉड ਨੂੰ ਮਿਲਣ ਆਈ ਤੇ ਰੋਂਦੀ ਰੋਂਦੀ ਨੇ ਕਿਹਾ ਜਿਹਦੇ ਤੋਂ ਹਮਲਾ ਹਾਂ ਉਹ ਮੇਰੇ ਨਾਲ ਵਿਆਹ ਕਰਨ ਨੂੰ ਤਿਆਰ ਹੈ ਪਰ ਮਾਂ-ਬਾਪ ਉਹਨੂੰ ਇਸ ਗੱਲ ਤੇ ਮaaf ਨਹੀਂ ਕਰ ਸਕਦੇ ਉਹ ਛੇਤੀ ਨਾਲ ਲੁਕਾ ਚੁਪਾ ਕੇ ਮੇਰਾ ਵਿਆਹ ਕਿਤੇ ਹੋਰ ਕਰ ਦੇਣਾ ਚਾਹੁੰਦੇ ਨੇ ਤੇ ਜੇ ਤੂੰ ਰੱਬ ਤਰਸੀ ਇਹ ਇਲਜ਼ਾਮ ਆਪਣੇ ਤੇ ਲੈ ਲਓ ਤਾਂ ਮੇਰੇ ਬਾਪ ਮਾਂ-ਬਾਪ ਖਬਰਾ ਕੇ ਉਸੇ ਮੇਰੇ ਦੋਸਤ ਨਾਲ ਮੇਰਾ ਵਿਆਹ ਕਰ ਦੇਣਗੇ ਬਲਕਿ ਉਹਦੇ ਸ਼ੁਕਰਗੁਜ਼ਾਰ ਹੋਣਗੇ ਕਿ ਉਹਨੇ ਇਹੋ ਜੀ ਹਾਲਤ ਵਿੱਚ ਮੇਰੇ ਨਾਲ ਵਿਆਹ ਕਰਨਾ ਮਨਜ਼ੂਰ ਕਰ ਲਿਆ ਗੌੜ ਕੋਲ ਉਸ ਕੁੜੀ ਦਾ ਰੋਣ ਨਹੀਂ ਸੀ ਵੇਖਿਆ ਗਿਆ ਆਖਿਆ ਜਾ ਆਪਣੇ ਮਾਂ-ਬਾਪ ਅੱਗੇ ਸਾਰਾ ਇਲਜ਼ਾਮ ਮੇਰੇ ਤੇ ਲਾ ਦੇ ਤੇ ਠੀਕ ਉਸੇ ਤਰ੍ਹਾਂ ਹੋਇਆ ਉਸ ਲੜਕੀ ਦੇ ਮਾਂ-ਬਾਪ ਨੇ ਛੇਤੀ ਨਾਲ ਉਹਦਾ ਵਿਆਹ ਉਸੇ ਨਾਲ ਕਰ ਦਿੱਤਾ ਜੋ ਕਈ ਦਿਨਾਂ ਦਾ ਆਖਦਾ ਪਿਆ ਸੀ ਪਰ ਗੌੜ ਦੀ ਬਦਨਾਮੀ ਸਿਰਫ ਘਰਾਂ 'ਚ ਨਹੀਂ ਰਹੀ ਉਹਦੇ ਪਾਦਰੀ ਪਿਤਾ ਤੱਕ ਵੀ ਪਹੁੰਚ ਗਈ ਤੇ ਗੌੜ ਨੇ ਹੱਸ ਕੇ ਆਪਣੇ ਬਾਪ ਨੂੰ ਬਦਨਾਮੀ ਤੋਂ ਬਚਾਉਣ ਲਈ ਉਹ ਸ਼ਹਿਰ ਛੱਡ ਦਿੱਤਾ ਦਿੱਲੀ ਰੇਡੀਓ ਤੇ ਜਿਹੜੀ ਲੜਕੀ ਅੰਗਰੇਜ਼ੀ 'ਚ ਪ੍ਰੋਗਰਾਮ ਪੇਸ਼ ਕਰਦੀ ਸੀ ਗੋਡ ਨੂੰ ਉਹਦੇ ਨਾਲ ਇੰਤਹਾ ਦੀ ਮੁਹੱਬਤ ਹੋ ਗਈ ਪਰ ਉਹ ਲੜਕੀ ਸ਼ਾਦੀ ਵਾਲੀ ਗੱਲ ਸੋਚਦੀ ਨਹੀਂ ਸੀ ਇੱਕ ਦਿਨ ਜਦੋਂ ਉਹਦਾ ਪ੍ਰੋਗਰਾਮ ਪੇਸ਼ ਹੋਣ ਵਾਲਾ ਸੀ ਗੋਡ ਨੇ ਉਹਦੇ ਸਟੂਡੀਓ ਵਿੱਚ ਜਾ ਕੇ ਆਖਿਆ ਮੈਂ ਵਿਆਹ ਦੀ ਪੇਸ਼ਕਸ਼ ਕਰਦਾ ਜੇ ਮੈਨੂੰ ਮੂੰਹ ਬੋਲ ਕੇ ਨਾ ਨਹੀਂ ਆਖੀ ਜਾਏਗੀ ਤਾਂ ਮੈਂ ਉਹਨੂੰ ਹਾਂ ਸਮਝ ਲਾਂਗਾ ਤੇ ਨਾਲ ਹੀ ਉਹਨੇ ਦੋਹਾਂ ਹੱਥਾਂ ਨਾਲ ਸਾਰੇ ਫੀਡਰ ਔਨ ਕਰ ਦਿੱਤੇ ਇਹਦਾ ਮਤਲਬ ਸੀ ਕਿ ਹੁਣ ਉਹ ਲੜਕੀ ਬੋਲ ਕੇ ਕੁਝ ਨਹੀਂ ਸੀ ਕਹਿ ਸਕਦੀ ਮੂੰਹ ਨਿਕਲਿਆ ਹਰਫ ਬ੍ਰਾਡਕਾਸਟ ਹੋ ਜਾਣਾ ਸੀ ਇਸ ਲਈ ਖاموش ਰਹਿ ਗਈ ਤੇ ਗॉड ਦੇ ਮੁਤਾਬਕ ਉਹਦੀ ਹਾਂ ਹੋ ਗਈ ਸੀ ਇਹ ਸਦਾ ਨੇ ਉਸ ਲੜਕੀ ਨੂੰ ਇੰਨਾ ਮੋਹ ਲਿਆ ਕਿ ਅਗਲੇ ਦਿਨਾਂ ਚ ਉਹਨੇ ਗॉड ਨਾਲ ਸ਼ਾਦੀ ਕਰ ਲਈ ਸੀ ਮੇਰੇ ਵੇਲੇ ਇਹ ਮਾਹੌਲ ਸੀ ਦਿੱਲੀ ਰੇਡੀਓ ਦਾ ਹਸਤਾ ਖੇਡਦਾ ਤੇ ਦੋਸਤਾਨਾ ਮਾਹੌਲ ਗੌਂਦਾ ਭਾਰਤ ਅਗਲਾ ਕਾਂਡ ਕੋਲ ਕੋਈ ਸਾਧਨ ਹੋਵੇ ਤਾਂ ਕਈ ਸੁਪਨੇ ਜਾਗ ਪੈਂਦੇ ਨੇ ਮੈਂ ਇੱਕ ਹਸਰਤ ਵਾਂਗ ਸੋਚਿਆ ਕਿ ਜੇ ਮੈਂ ਭਾਰਤ ਦੇ ਕਈ ਪ੍ਰਾਂਤਾਂ ਦੇ ਲੋਕ ਗੀਤ ਪੰਜਾਬੀ ਚ ਅਨੁਵਾਦ ਕਰਾਂ ਗੀਤਾਂ ਦੀ ਸੂਰਤ ਨੂੰ ਸਹੀ ਸਲਾਮਤ ਰੱਖ ਕੇ ਤੇ ਜੇ ਦਿੱਲੀ ਰੇਡੀਓ ਦਾ ਪੰਜਾਬੀ ਪ੍ਰੋਗਰਾਮ ਉਹਨਾਂ ਨੂੰ ਪੇਸ਼ ਕਰੇ ਤਾਂ ਪ੍ਰੋਗਰਾਮ ਦੀ ਜਿੰਦ ਧੜਕ ਜਾਏਗੀ। 프ਾਂਤ ਪ੍ਰਾਂ ਦੇ ਲੋਕਾਂ ਦੇ ਅਹਿਸਾਸ ਨਾਲ ਇਹ ਮੇਰਾ ਇਸ਼ਕ ਸੀ ਜੋ ਕਿਸੇ ਵੀ ਤਰ੍ਹਾਂ ਦੀ ਉਜਰਤ ਤੋਂ ਬੇਨਿਆਜ਼ ਸੀ। ਦਿੱਲੀ ਰੇਡੀਓ ਨੇ ਮੈਨੂੰ ਇਹ ਮੌਕਾ ਦੇ ਦਿੱਤਾ। ਮੇਰੀ ਪ੍ਰਪੋਜ਼ਲ ਮੰਨ ਲਈ। ਉਸ ਵੇਲੇ ਸੁਰਿੰਦਰ ਸੋਨੀ ਦੇ ਤੇ ਰਾਮ ਸਰਨ ਦਾਸ ਬਹੁਤ ਚੰਗੇ ਕੰਪੋਜ਼ਰ ਸਨ ਜਿਨ੍ਹਾਂ ਨੇ ਮੇਰੀ ਗੱਲ ਮੰਨ ਕੇ ਹਰ ਉਸ ਪ੍ਰਾਂਤ ਦੀ ਗਾਇਕੀ ਦਾ ਅੰਗ ਵੀ ਆਪਣੇ ਸੰਗੀਤ ਕਾਇਮ ਰੱਖ ਲਿਆ ਤੇ ਲੋਕ ਤੋਂ ਨਾ ਵਾਲਾ ਅੰਗ ਵੀ ਲਗਨ ਸੀ ਇਸ ਲਈ ਔਖਾ ਕੰਮ ਵੀ ਔਖਾ ਨਹੀਂ ਸੀ ਲੱਗ ਰਿਹਾ ਖਬਰਾਂ ਵਾਲੇ ਮਹਿਕਮੇ ਚੋਂ ਹਰ ਜ਼ਬਾਨ ਦਾ ਇੱਕ ਇੱਕ ਸੈੱਲ ਹੁੰਦਾ ਸੀ ਉਹਨਾਂ ਨੂੰ ਮਿਲ ਮਿਲ ਕੇ ਮੈਂ ਕਈ ਪ੍ਰਾਂਤਾਂ ਦੇ ਗੀਤ ਇਕੱਠੇ ਕੀਤੇ ਤੇ ਜ਼ਬਾਨਦਾਨਾਂ ਕੋਲ ਬੈਠ ਕੇ ਸਤਰ ਸਤਰ ਦਾ ਅਨੁਵਾਦ ਕੀਤਾ ਜਿਨ ਮੈਂ ਇਕੱਲੀ ਬਹਿ ਕੇ ਗੀਤਾਂ ਦੀ ਸੂਰਤ ਦੇ ਸਕਦੀ ਸੀ ਇੰਡ ਦਿੱਲੀ ਰੇਡੀਓ ਦੇ ਪੰਜਾਬੀ ਪ੍ਰੋਗਰਾਮ ਨੇ ਭਾਰਤ ਦੇ ਲੋਕ ਗੀਤਾਂ ਦੀ ਇੱਕ ਲੜੀ ਪੇਸ਼ ਕੀਤੀ ਜੋ ਦਿੱਲੀ ਰੇਡੀਓ ਦਾ ਇੱਕ ਹਾਸਲ ਬਣ ਗਈ। ਨਿੱਕੀਆਂ ਨਿੱਕੀਆਂ ਮੁਸ਼ਕਲਾਂ ਆਈਆਂ ਕਿ ਚੰਗੇ ਕਲਾਕਾਰਾਂ ਦੀ ਅਕਸਰ ਓਵਰ ਬੁਕਿੰਗ ਰਹਿੰਦੀ ਹੈ ਪਰ ਮੇਰਾ ਤਕਾਜ਼ਾ ਚੰਗੇ ਗਾਉਣ ਵਾਲਿਆਂ ਵਾਸਤੇ ਸੀ ਜਿਦੇ ਲਈ ਜਦੋਂ ਬੁਕਿੰਗ ਮਿਲਦੀ ਮੈਂ ਕੰਪੋਜ਼ਰ ਦੇ ਕੋਲ ਬਹਿ ਕੇ ਗੀਤ ਦੀ ਤਿਆਰੀ ਕਰਵਾ ਲੈਂਦੀ। ਜਿੱਥੋਂ ਤੱਕ ਹਰ ਪ੍ਰਾਂਤ ਨਾਲ ਜੁੜੇ ਗੀਤ ਬਾਰੇ ਕੁਝ ਕਹਿਣ ਦਾ ਸਵਾਲ ਸੀ ਉਹ ਮੇਰੇ ਹੱਥ ਸੀ। ਉਹਦਾ ਫਿਕਰ ਨਹੀਂ ਸੀ ਮਸਲਨ ਕਸ਼ਮੀਰ ਦੇ ਗੀਤ ਪੇਸ਼ ਕਰਦੇ ਆ ਮੈਂ ਮੁੱਢਲੇ ਹਰਫਾਕੇ ਚਰਖੇ ਦੀ ਕੁਕਰ ਜਿਸ ਤਰ੍ਹਾਂ ਪੰਜਾਬੀ ਲੋਕ ਗੀਤਾਂ ਸੁਣਾਈ ਦਿੰਦੀ ਹੈ ਤੇ ਮੁਟਿਆਰਾਂ ਉਹਨੂੰ ਆਪਣੇ ਦੁੱਖ ਸੁੱਖ ਦਾ ਸਾਥੀ ਬਣਾ ਲੈਂਦੀਆਂ ਨੇ ਕਸ਼ਮੀਰੀਨ ਸੁੰਦਰੀਆਂ ਵੀ ਚਰਖੇ ਨੂੰ ਆਪਣਾ ਰਫੀਕ ਆਪਣੇ ਮਿੱਤਰ ਤੇ ਆਪਣੇ ਦੁੱਖਾਂ ਦਾ ਹਮਰਾਜ਼ ਆਖਦੀ ਪੰਜਾਬੀ ਸੁੰਦਰੀ ਜਿਸ ਤਰ੍ਹਾਂ ਚਰਖੇ ਨੂੰ ਕੋਡੀਆਂ ਨਾਲ ਸ਼ਿੰਗਾਰਦੀ ਹੈ ਕਸ਼ਮੀਰੀਨ ਸੁੰਦਰੀ ਵੀ ਉਹਦੇ ਉੱਤੇ ਫੁਲਕਾਰੀ ਕਰਦੀ ਹੈ ਤੇ ਮਾਲ ਨੂੰ ਫੁੱਲਾਂ ਵਾਲੇ ਪਾਣੀ ਚ ਭਿਉਂ ਕੇ ਬਟਦੀ ਹੈ ਪੰਜਾਬੀ ਮੁਟਿਆਰ ਕਪਾਹ ਦੀਆਂ ਪੂਣੀਆਂ ਕੱਤਦੀਆਂ ਤੇ ਕਸ਼ਮੀਰੀਨ ਪਸ਼ਮੀਨੇ ਦੀਆਂ ਪੰਜਾਬੀ ਕੁੜੀ ਆਪਣੇ ਪੀਲੇ ਪੈਂਦੇ ਜਾਂਦੇ ਮੂੰਹ ਨੂੰ ਸਰੋਂ ਦੇ ਫੁੱਲਾਂ ਦੀ ਤੁਲਨਾ ਦਿੰਦੀ ਹੈ ਤੇ ਕਸ਼ਮੀਰੀਨ ਕੁੜੀ ਆਪਣੀਆਂ ਉਡੀਕ ਨਾਲ ਭਰੀਆਂ ਅੱਖਾਂ ਨੂੰ ਨਰਗਿਸ ਦੇ ਫੁੱਲਾਂ ਨਾਲ ਮਿਲਦੀ ਹੈ ਗੀਤ ਸੰ ਹੌਲੀ ਹੌਲੀ ਬੋਲ ਮੇਰੇ ਦੁੱਖਾਂ ਦੇ ਸਾਥੀ ਆ ਵੇ ਮਿੱਤਰ ਆਵੇ ਮਹਿਰਮਾ ਚਰਖਾ ਰੰਗੀਲਾ ਮੇਰਾ ਚਰਖੇ ਤੋਂ ਵਾਰੀ ਵੀ ਤੇਰੀ ਇਸ ਹੱਥੀ ਉੱਤੇ ਕਰਾਂ ਗੁਲਕਾਰੀ ਵੀ ਬੇਜਾ ਮੇਰੇ ਕੋਲ ਮੇਰੇ ਦੁੱਖਾਂ ਦੇ ਸਾਥੀ ਆਵੇ ਮਿੱਤਰ ਆਵੇ ਮਹਿਰਮਾ ਫੁੱਲਾਂ ਵਾਲੇ ਪਾਣੀ ਚ ਮਾਲ ਤੇਰੀ ਵੱਟ ਦੀ ਲੰਬੀ ਲੰਬੀ ਤੰਦ ਪਸ਼ਮੀਨੇ ਦੀ ਮੈਂ ਕੱਤਦੀ ਆਇਆ ਨਹੀਂ ਓ ਢੋਲ ਮੇਰੇ ਦੁੱਖਾਂ ਦੇ ਸਾਥੀ ਆਵੇ ਮਿੱਤਰ ਆਵੇ ਮਹਿਰਮਾ ਓਨੂੰ ਮੈਂ ਉਡੇਕਾਂ ਜਵੇਂ ਨਰਗਿਸ ਤੇ ਫੁੱਲ ਵੀ ਆਖੀ ਓਨੂੰ ਜਿੰਦ ਮੇਰੀ ਕਾ ਨੂੰ ਗਿਓ ਫੁੱਲ ਵੀ ਫੁੱਲਾਂ ਨੂੰ ਨਾ ਰੋਲ ਮੇਰੇ ਦੁੱਖਾਂ ਦੇ ਸਾਥੀ ਆਵੇ ਮਿੱਤਰ ਆਵੇ ਮਹਿਰਮਾ ਰੰਗਲੀ ਜਵਨ ਜਵਾਨੀ ਉੱਤੇ ਜਦੋਂ ਵਰਿਆਂ ਦੀ ਧੂੜ ਪੈ ਜਾਂਦੀ ਹੈ ਫੁੱਲਾਂ ਦੇ ਦੀਸ਼ ਵਿੱਚ ਕੰਡੇ ਖਿਲਰ ਜਾਂਦੇ ਹਨ ਕਸ਼ਮੀਰ ਦਾ ਇੱਕ ਲੋਕ ਗੀਤ ਜਵਾਨੀ ਨੂੰ ਲਾਂਭਾ ਦਿੰਦਾ ਹੈ ਜਵਾਨੀ ਐਨੀ ਵੈਰਨੀ ਕਿੱਥੇ ਮੁੱਕ ਮੋੜਿਆ ਨੀ ਜ਼ਿੰਦਗੀ ਦਾ ਸਾਥ ਮੇਰਾ ਅੱਧ ਵਿੱਚ ਤੋੜਿਆ ਆਈਸ ਐ ਤੁਹਾੜ ਕੇ ਨੀ ਫੁੱਲਾਂ ਨੂੰ ਖਿਲਾਰ ਦਿੱਤਾ ਪੱਥਰਾਂ ਨੂੰ ਪਾੜ ਕੇ ਕਿੱਥੇ ਉਹ ਜਲਾਲ ਨੀ ਚੋਟੀਆਂ ਨੂੰ ਨਾਪਦੀ ਸੇ ਮੁਠੀਆਂ ਦੇ ਨਾਲ ਨੀ ਕਿੱਥੇ ਉਹ ਸ਼ਬਾਬ ਨੀ ਗੁੱਲੇ ਲਾਲਾ ਰਹਿ ਗਿਆ ਹੈ ਕੰਡੇ ਆਂਦਾ ਖਾਬ ਨਹੀਂ ਲੱਥ ਗਈ ਏ ਕੰਗਨੀ ਸੋਨੇ ਦੇ ਪਹਾੜ ਹੋਏ ਪੱਥਰਾਂ ਦੇ ਵਾਂਗ ਨਹੀਂ ਜੋਬਨਾ ਵੀ ਛੈ ਲਾਏ ਸੀ ਚਾਂਦੀ ਰੰਗ ਸੋਮਿਆਂ ਦਾ ਹੋਇਆ ਕਸਮੈਲਾ ਸੀ ਬਾਣਾ ਤੇਰਾ ਮੰਨ ਲਾ ਆਖਰੀ ਇਹ ਪੰਡਾ ਮੇਰਾ ਪੱਲੇ ਕੁਝ ਬਰਨ ਲਾ ਜਵਾਨੀ ਐ ਨਹੀਂ ਵੇਰ ਮੈਂ ਇਹ ਮਾਚਲ ਪ੍ਰਦੇਸ਼ ਦੇ ਗੀਤ ਸਨ ਭਰ ਭਰ ਕੇ ਇੱਕ ਨਦੀ ਵਗਿੰਦੀ ਆਰ ਵਸਿੰਦੀ ਮੈਂ ਵੀ ਸਜਣਾ ਪਾਰ ਵਸਿੰਦਾ ਤੂੰ ਤੇਰੀ ਸੋਂ ਪਾਰ ਵਸਿੰਦਾ ਤੂੰ ਤੂੰ ਪੱਤਣਾ ਦਾ ਤਾਰੂ ਸਜਣਾ ਮੌਤ ਨਾ ਜਾਵੀ ਮੂੰ ਤੇਰੀ ਸੋਮਾ ਪਾਰਵਸਿੰਦਾ ਪਾਰ ਪਰਾਰੋਂ ਬੀੜੀ ਆਉਂਦੀ ਖੋਲ ਬਾਰੀਆਂ ਨੂੰ ਤੇਰੀ ਸੋਮ ਪਾਰਵਸਿੰਦ ਕੋਣ ਬਣਾ ਚਹਾਕਾ ਮਾਰੀ ਵਗ ਚਰਾਂਦੀ ਨੂੰ ਤੇਰੀ ਸੋਮ ਪਾਰਵਸਿੰਦਾ ਤੂੰ ਮੈਨਾ ਬਣ ਚ ਵਗ ਚਰਾਂਦੀ ਚੌਕੇ ਉੱਠਦਾ ਤੂੰ ਤੇਰੀ ਸੋਮ ਪਾਰਵਸਿੰਦਾ ਤੂੰ ਜਿਵੇਂ ਪੰਜਾਬੀ ਕੁੜੀ ਦੇ ਵੇੜੇ ਚ ਦਾਖਾਂ ਪੱਕਦੀਆਂ ਹਨ ਤੇ ਮੂੰ ਨਹੀਂ ਲਾ ਸਕਦੀ ਪਰਦੇਸੀ ਨੂੰ ਯਾਦ ਕਰਕੇ ਛਮ ਛਮ ਡੁੱਲ ਪੈਂਦੀ ਹੈ ਤੇਵੇਂ ਪਹਾੜਨ ਸੁੰਦਰੀ ਪੱਕੇ ਨਾਰਾ ਨੂੰ ਵੇਖ ਕੇ ਗੱਜ ਪਰ ਲੈਂਦੀ ਹੈ ਠੰਡੀਆਂ ਬੋਲੀਆਂ ਦੇ ਕੋਲ ਖਲੋ ਕੇ ਵੀ ਉਹਦੀ ਜਿੰਦ ਤਿਹਾਈ ਦੀ ਤਿਹਾਈ ਰਹਿ ਜਾਂਦੀ ਹੈ ਪੱਕੇ ਨੇ ਆਨਾਰ ਢੋਲਾ ਦਾਣਾ ਨਈਉ ਖਾਣਾ ਵੇ ਬੁੱਤ ਪਰਦੇਸੀ ਢੋਲਾ ਚਿੱਤ ਨਹੀਂ ਉਲਾਣਾ ਵੇ ਮਜਰੂ ਦਾ ਰੁਖ ਸੋਣਾ ਟਾਣਾ ਗਈਆਂ ਝੁਲਵੇ ਦੇਨੀ ਆ ਮੈਂ ਜਿੰਦੜੀ ਨੂੰ ਕਰ ਲੈ ਕਬੂਲ ਵੇ ਖੀਆਂ ਦੇ ਵਿੱਚ ਜਿਵੇਂ ਨਦੀ ਪਈ ਵਗਦੀ ਪੱਥਰਾਂ ਦੇ ਵਾਂਗ ਤੇਰੀ ਜਿੰਦ ਨਹੀਂ ਉਹ ਭਿਜਦੀ ਠੰਡੀਆਂ ਨੇ ਬੋਲੀਆਂ ਮੈਂ ਰੋਈ ਰੋਈ ਲੰਘਦੀ ਪਾਣੀ ਤੇਰੇ ਹੱਥ ਦਾ ਮੈਂ ਸਿੱਕ ਸਿੱਕ ਮੰਗਦੀ ਪੱਕੇ ਨਿਆਂ আর ਢੋਲਾ ਦਾਣਾ ਨਹੀਂ ਉਹ ਖਾਣਾ ਬਈ ਬੁੱਤ ਪਰਦੇਸੀ ਢੋਲਾ ਚਿੱਤ ਨਹੀਂ ਉਹ ਲਾਣਾ ਬਈ ਉੱਤਰ ਪ੍ਰਦੇਸ਼ ਦਾ ਇੱਕ ਅਬਦੀ ਗੀਤ ਸੀ ਕੀ ਰੰਗ ਮੂੰਗਾ ਕੀ ਰੰਗ ਮੋਤੀ ਰੰਗ ਗੋਰੀ ਦੇ ਲਾੜੇ ਦਾ ਸ਼ਾਵਾ ਗੋਰੀ ਦੇ ਲਾੜੇ ਲਾਲ ਜਮੂੰਗਾ ਚਿੱਟਾ ਜਮੋਤੀ ਸਾਵਲਾ ਸੇਲੋਨਾ ਲਾੜੇ ਦਾ ਸ਼ਾਵਾ ਗੋਰੀ ਦੇ ਲਾੜੇ ਦਾ ਕਿੱਥੇ ਤਮੂੰਗਾ ਕਿੱਥੇ ਤਮੋਤੀ ਕਿੱਥੇ ਬਿਠਾਵਾਂ ਲਾੜੇ ਨੂੰ ਸ਼ਾਵਾ ਗੋਰੀ ਦੇ ਲਾੜੇ ਨੂੰ ਮੇਡੀਆਂ ਚ ਗੁੰਦਲਾ ਮੂੰਗਾ ਤੇ ਮੋਤੀ ਪਲੰਗੇ ਬਿਠਾਵਾਂ ਲਾੜੇ ਨੂੰ ਸ਼ਾਵਾ ਗੋਰੀ ਦੇ ਲਾੜੇ ਨੂੰ ਖੁੱਲ ਗਿਆ ਮੂੰਗਾ ਡੁੱਲ ਗਏ ਮੋਤੀ ਰੁਸਕੇ ਤਾਂ ਬਹਿ ਗਿਆ ਲਾੜਾ ਹੋ ਸ਼ਾਵਾ ਗੋਰੀ ਦਾ ਲਾੜਾ ਹੋ ਚੁਕਲਾ ਮੂੰਗਾ ਚੁਣਲਾ ਮੋਤੀ ਹਸਕੇ ਮਨਾਲਾ ਲਾੜਾ ਸ਼ਾਵਾ ਗੁਰੀ ਦਾ ਲਾੜਾ ਇੱਕ ਬੁੰਦੇਲ ਖੰਡੀ ਗੀਤ ਸੀ ਨਜ਼ਰ ਪਰ ਤੱਕਦਾ ਕਿਉਂ ਨਹੀਂ ਵੀ ਕੋਲਾ ਜਉਂਦਾ ਕਿਉਂ ਨਹੀਂ ਵੀ ਮੈਂ ਰਾਜੇ ਦੀ ਬੰਦੀ ਹਰਨੀ ਤੂੰ ਠਾਕੁਰ ਦਾ ਲੜਕਾ ਤੀਰ ਚਲਾਉਂਦਾ ਕਿਉਂ ਨਹੀਂ ਵੀ ਨਜ਼ਰ ਪਰ ਤੱਕਦਾ ਕਿਉਂ ਨਹੀਂ ਵੀ ਕੋਲਾ ਜਉਂਦਾ ਕਿਉਂ ਨਹੀਂ ਵੀ ਮੈਂ ਰਾਜੇ ਦੇ ਜਲ ਦੀ ਮਛਲੀ ਤੂੰ ਛੇਰਾਂ ਦਾ ਲੜਕਾ ਜਾਲ ਕੋਈ ਪਾਂਦਾ ਕਿਉਂ ਨਹੀਂ ਵੀ ਨਜ਼ਰ ਭਰ ਤੱਕਦਾ ਕਿਉਂ ਨਹੀਂ ਵੇ ਕੋਲ ਅਜ ਆਉਂਦਾ ਕਿਉਂ ਨਹੀਂ ਵੇ ਇੱਕ ਗੁਜਰਾਤੀ ਗੀਤ ਸੀ ਜਿਹੜੇ ਦਿਲਾਂ 'ਚ ਸੁਨੇਹੇ ਭਰੇ ਹੋਣ ਉਹਨਾਂ ਨੂੰ ਕਾਵੇਂ ਕਬੂਤਰਾਂ ਤੇ ਗੁੰਝਾਂ ਨੇ ਹਮੇਸ਼ਾ ਆਪਣੇ ਖੰਭਾਂ ਦਾ ਸਹਾਰਾ ਦਿੰਦਾ ਹੈ ਇੱਕ ਖਤ ਸੋਹਣੇ ਨੂੰ ਪਾਨੀ ਆ ਤੇਰੇ ਖੰਭਾਂ ਹੇਠ ਲੁਕਾਨੀਆਂ ਉੱਡ ਜਾਣੀ ਸੋਹਣੀਏ ਗੁੰਜੜੀਏ ਮੇਰਾ ਦਹੀਂ ਸੁਨੇੜਾ ਗੁੰਜੜੀਏ ਨਾ ਬੋਲ ਸਕੇ ਨਾ ਬੋਲੀ ਤੂੰ ਕੋਈ ਖੰਭ ਸਲੇਟੀ ਖੋਲੀ ਤੂੰ ਉੱਡ ਜਾਣੀ ਸੋਹਣੀਏ ਕੁੰਜੜੀਏ ਮੇਰਾ ਦਹੀਂ ਸੁਨੇੜਾ ਕੁੰਜੜੀਏ ਆ ਸੱਜਣਾ ਆ ਕੇ ਵੇਖ ਕਦੀ ਮੈਂ ਸਾਰਸ ਤੇਰੇ ਸਾਗਰ ਦੀ ਮੈਂ ਤੰਗ ਰਹੀ ਤੇਰੇ ਆਵਣ ਨੂੰ ਜਿਵੇਂ ਮੋਰੂ ਦੇਖੇ ਸਾਵਣ ਨੂੰ ਉੱਡ ਜਾਣੀ ਸੋਹਣੀਏ ਕੁੰਜੜੀਏ ਮੇਰਾ ਦਹੀਂ ਸੁਨੇੜਾ ਕੁੰਜੜੀਏ ਇੱਕ ਸੀਤਾ-ਰਾਮ ਉਡੀਕ ਰਹੀ ਇੱਕ ਸਖੀ ਉਡੀਕੇ ਕ੍ਰਿਸ਼ਨ ਲਈ ਮੇਰਾ ਦਹੀਂ ਸੁਨੇੜਾ ਆ ਮাইয়া ਮੇਰਾ ਸਖਣਾ ਵੇੜਾ ਆ ਮাইয়া ਉਡ ਜੈਨੀ ਸੋਹਣੀਏ ਕੁੰਜੜੀਏ ਮੇਰਾ ਦਈ ਸੁਨੇੜਾ ਕੁੰਜੜੀਏ ਇੱਕ ਉੜਿਆ ਗੀਤ ਸੀ ਇੱਕ ਉੜਿਆ ਗੀਤ ਦੀ ਮੁਠਿਆਰ ਤਰਕਾਲਾਂ ਦੇ ਹਨੇਰੇ ਚ ਜਦੋਂ ਦੀਵੇ ਦੀ ਲਾਟ ਬਲਦੀ ਹੈ ਆਪਣੇ ਮਨ ਦੇ ਚਾਨਣ ਨਾਲ ਆਪੋ ਆਪੇ ਸੱਜਣ ਦਾ ਮੂੰਹ ਵੇਖਦੀ ਹੈ ਪਹਿਲਾਂ ਉਸ ਘਰ ਦੀ ਸੁੱਖ ਮੰਗਦੀ ਹੈ ਜਿਹੜੇ ਘਰ ਚੋਂ ਨੇ ਜਨਮ ਲਿਆ ਸੀ ਉਹਨੂੰ ਮਾਂ ਦਾ ਬਾਬਲ ਰਾਜੇ ਦਾ ਵੀਰਾਂ ਤੇ ਭੈਣਾਂ ਦਾ ਮੂੰਹ ਚੇਤੇ ਹੁੰਦਾ ਫਿਰ ਉਸ ਘਰ ਦੀ ਸੁੱਖ ਮੰਗਦੀ ਹੈ ਜਿਹੜੇ ਘਰ ਦੀ ਉਹਨੂੰ ਲਾਜ ਬਣ ਗਈ ਹੈ ਉਹਨਾਂ ਮਾਪਿਆਂ ਦੀ ਸੁੱਖ ਮੰਗਦੀ ਹੈ ਜਿਨ੍ਹਾਂ ਨੂੰ ਉਹਨੇ ਉਹਦੇ ਸੁਹਾਗ ਨੂੰ ਜਨਮ ਦਿੱਤਾ ਸੀ ਤੇ ਫਿਰ ਇਹ ਗੀਤ ਬੜਾ ਵਿਸ਼ਾਲ ਹੋ ਜਾਂਦਾ ਹੈ ਸਾਰੀ ਧਰਤੀ ਦੇ ਜਿਉੜਿਆਂ ਨੂੰ ਆਪਣਾ ਪਰਿਵਾਰ ਬਣਾ ਲੈਂਦਾ ਹੈ ਤੇ ਉਹਨਾਂ ਦੀ ਸੁੱਖ ਮੰਗਦਾ ਹੈ ਸੋਨੇ ਦਾ ਸੁੱਚਾ ਮੇਰਾ ਦੀਵੜਾ ਚੰਦਨ ਦਾ ਦੇਵੋ ਸਾਨੂੰ ਤੇਲ ਮੇਰੇ ਰਾਮ ਜੀ ਚਾਨਣ ਦੇ ਅੱਗੇ ਸਾਡੀ ਬੇਨਤੀ ਸੱਜਣਾ ਦਾ ਹੋਵੇ ਸਾਨੂੰ ਮੇਲ ਮੇਰੇ ਰਾਮ ਜੀ ਮੇਰਾ ਪੇਕਾ ਪਰਿਵਾਰ ਸੁਖੀ ਲੱਦਾ ਪਰਿਵਾਰ ਤੇਰੇ ਵੇੜੇ ਦੀ ਸੁੱਖ ਤੇਰੇ ਜਿਉੜੇ ਦੀ ਸੁੱਖ ਮੰਗਾ RAM ਜੀ ਸੋਨੇ ਦਾ ਸੁੱਚਾ ਮੇਰਾ ਦੀਵੜਾ ਮੇਰਾ ਸਹੁਰਾ ਪਰਿਵਾਰ ਮੇਰਾ ਸੋਹਣਾ ਪਰਿਵਾਰ ਤੇਰੇ ਵੇੜੇ ਦੀ ਸੁੱਖ ਤੇਰੇ ਜਿਉੜੇ ਦੀ ਸੁੱਖ ਮੰਗਾ RAM ਜੀ ਸੋਨੇ ਦਾ ਸੁੱਚਾ ਮੇਰਾ ਦੀਵੜਾ ਧਰਤੀ ਮਾਤਾ ਪਰਿਵਾਰ ਸਭਨੀ ਕੁੰਟੀ ਪਰਿਵਾਰ ਤੇਰੇ ਵੇੜੇ ਦੀ ਸੁੱਖ ਤੇਰੇ ਜਿਉੜੇ ਦੀ ਸੁੱਖ ਮੰਗਾ RAM ਜੀ ਸੋਨੇ ਦਾ ਸੁੱਚਾ ਮੇਰਾ ਦੀਵੜਾ ਇੱਕ ਬੰਗਾਲੀ ਗੀਤ ਬੰਗਾਲ ਦੇ ਜਿਹੜੇ ਪਿੰਡ ਪਾਣੀਆਂ ਦੇ ਕੰਢੇ ਹਨ ਉੱਥੋਂ ਦੀਆਂ ਮੁਟਿਆਰਾਂ ਦਾ ਪਟਿਆਲੀ ਗੀਤ ਬੜਾ ਪ੍ਰਸਿੱਧ ਲੋਕਗੀਤ ਹੈ ਕਹਿੰਦੇ ਹੈ ਪਹਿਲੋ ਪਹਿਲ ਕਿਸੇ ਨੇ ਜਵਾਰ-ਪਾਟੇ ਦੇ ਦਿਨਾਂ 'ਚ ਇਹ ਗੀਤ ਰਚਿਆ ਸੀ ਹੁਣ ਵੀ ਜਦੋਂ ਛੱਲਮ ਪਰਤਦੀਆਂ ਹਨ ਬੇੜੀਆਂ ਨੂੰ ਮੋੜਨੋਂ ਦੇਰ ਹੋ ਜਾਂਦੀ ਹੈ ਮੁਟਿਆਰਾਂ ਦੇ ਦਿਲਾਂ 'ਚ ਜਵਾਰ ਆ ਜਾਂਦਾ ਸੱਜਣਾ ਵੀ ਅੱਜ ਕਿਉਂ ਚਿਰ ਲਾਇਆ ਰਾਤ ਬੀਤਦੀ ਜਾਵੇ ਸਾਈਂ ਕਰਮ ਕਰੋ ਕਣੀਓ ਕਣੀ ਮੈਂ ਚੌੜ ਵਾਲਾਂ ਧਰ ਛੱਡਣੀਆਂ ਆਵੇ ਬਦਲਾ ਵਾਂਗ ਦਲੀਲਾਂ ਘਿਰਿਆ ਬਿਜਲੀ ਚਮਕ ਡਰਾਵੇ ਸਾਈਂ ਕਰਮ ਕਰੇ ਜਾਂ ਅੱਜ ਕੋਈ ਸੁਨਹਿਰੀ ਮੱਛੀ ਜਾਲ ਤੇਰੇ ਵਿੱਚ ਆਈ ਜਾਂ ਅੱਜ ਕਿਦਰੇ ਬੇੜੀ ਡੋਲੇ ਲਹਿਰਾਂ ਭਰੇ ਕਲਾਵੇ ਸਾਈਂ ਕਰਮ ਕਰੇ ਜਾਂ ਅੱਜ ਪਰਲੇ ਪਾਰ ਕਿਸੇ ਨੇ ਤੇਰਾ ਦਿਲ ਪਰਮਾਇਆ ਅੱਜ ਕੋਈ ਵੈਰਣ ਵਾਲਾਂ ਦੇ ਵਿੱਚ ਪਈ ਸੁਗੰਧ ਲਾਵੇ ਸਾਈਂ ਕਰਮ ਕਰੇ ਅੱਜ ਨਾ ਮੱਥੇ ਚੰਦਨ ਲਾਵਾਂ ਅੱਜ ਨਾ ਕੱਜਲ ਪਾਵਾਂ ਦਿਲ ਦੀ ਨਦੀਏ ਪਾਣੀ ਚੜਿਆ ਜਵਾਰ ਪਿਆਈ ਕਾਵੇ ਸਾਈਂ ਕਰਮ ਕਰੇ ਇਸ ਗੀਤ ਦੇ ਨਾਲ ਵੱਜਦੇ ਸਾਜ਼ਾਂ ਨੇ ਖਾਸ ਤੌਰ ਤੇ ਪਾਣੀ ਦੀਆਂ ਛੱਲਾਂ ਦੀ ਤੇ ਬੇੜੀ ਦੀ ਚੱਪੋਂ ਦੀ ਆਵਾਜ਼ ਪੈਦਾ ਕੀਤੀ ਸੀ ਮਦ ਭਾਰਤ ਦਾ ਸਤੀ ਗੀਤ ਕਰੀਬ ਕਰੀਬ ਸਾਰੇ ਭਾਰਤ ਦੇ ਲੋਕ ਗੀਤਾਂ 'ਚ ਸਤੀ ਦੇ ਗੀਤ ਮਿਲਦੇ ਐ ਰਿਗਵੇਦਿਕ ਯੁੱਗ 'ਚ ਸਤੀ ਪ੍ਰਥਾ ਦਾ ਕੋਈ ਪਰਮਾਨ ਨਹੀਂ ਮਿਲਦਾ ਪਰ ਉਹ ਤੋਂ ਪਿੱਛੋਂ ਦੇ ਸਮੇਂ 'ਚ ਇਹ ਪ੍ਰਥਾ ਅਮਰਚਲਤ ਹੋ ਗਈ ਸਮਾਜਿਕ ਤੇ ਰਾਜਨੀਤਿਕ ਨਿਜ਼ਾਮ ਇਸਤਰੀ ਨੂੰ ਸੁਤੰਤਰ ਤੇ ਸੌਖੇ ਜੀਵਨ ਦਾ ਇਕਰਾਰ ਨਹੀਂ ਸੰ ਦੇ ਸਕਦੇ ਸਤੀ ਪ੍ਰਥਾ ਵੱਧਦੀ ਗਈ 1829 ਚ ਭਾਵੇਂ ਇਹ ਪ੍ਰਥਾ ਕਾਨੂੰਨਨ ਬੰਦ ਹੋ ਗਈ ਪਰਦੇਸ਼ ਦੇ ਕਈ ਹਿੱਸਿਆਂ ਚ ਖਾਸ ਕਰ ਬੰਗਾਲ ਚ 20ਵੀਂ ਸਦੀ ਦੇ ਮੁਢ ਤੱਕ ਵੀ ਇਸ ਪ੍ਰਥਾ ਦਾ ਪਾਲਣ ਕੀਤਾ ਗਿਆ ਭਾਵੇਂ ਚੋਰੀ ਛੁਪੇ ਮਦ ਭਾਰ ਦੇ ਇੱਕ ਸਤੀ ਗੀਤ ਦਾ ਪੰਜਾਬੀ ਰੂਪ ਇਸ ਤਰ੍ਹਾਂ ਹੈ ਚੰਦਨ ਦੇ ਉਲੇ-ਉਲੇ ਕੌਣ ਖੜਾ ਨਹੀਂ ਇਹ ਕੌਣ ਸੁਤਾ ਸਾਡੇ ਚੰਦਨ ਦੇ ਕੋਲ ਕਿਹੜੀ ਤੱਤੀ ਦਾ ਢੋਲ ਕਿਹੜੀ ਮਾਊ ਦਾ ਸੁਤਾ ਜਲਾਲ ਨਹੀਂ ਚੰਦਨ ਦੇ ਉਲੇ-ਉਲੇ ਕੌਣ ਖੜਾ ਨਹੀਂ ਇਹ ਕੌਣ ਸੁਤਾ ਸਾਡੇ ਚੰਦਨ ਦੇ ਕੋਲ ਮੇਰਾ ਤੱਤੀ ਦਾ ਢੋਲ ਮੇਰਾ ਮੇਰੀ ਸੱਸੂ ਦਾ ਸੁੱਤਾ ਜਲਾਲਨੀ ਡੋਲੀ ਸਜਾਵੋ ਮੇਰੀ ਚੋਲੀ ਪਹਿਨਾਵੋ ਅਸਾ ਜਾਣਾ ਹੈ ਜਾਣਾ ਤੇ ਜਾਣਾ ਇਹਦੇ ਨਾਲ ਨਹੀਂ ਚੰਦਨ ਦੇਓ ਲਿਓ ਲੇ ਕੌਣ ਖੜਾ ਨਹੀਂ ਇਹ ਕੌਣ ਸੁੱਤਾ ਸੱਸੂ ਸੁਹਾਗਣ ਮੇਰੀ ਮਾਉ ਸੁਹਾਗਣ ਰੰਗੋ ਰੰਗੋ ਨਹੀਂ ਸਾਲੂ ਮੇਰਾ ਲਾਲਨੀ ਚੰਦਨ ਦੇਓ ਲਿਓ ਲੇ ਕੌਣ ਖੜਾ ਨਹੀਂ ਇਹ ਕੌਣ ਸੁੱਤਾ ਘੜੀਏ ਨਾ ਠਹਿਰਾ ਨਹੀਂ ਮੈਂ ਪੈਰੇ ਨਾ ਠਹਿਰਾ ਉੱਤੋਂ ਪੈਂਦੀ ਤੇ ਜਾਂਦੀ ਤਰਕਾਲ ਨਹੀਂ ਚੰਦਨ ਦੇ ਓਲੇ ਓਲੇ ਕੌਣ ਖੜਾ ਨਹੀਂ ਇਹ ਕੌਣ ਸੁਤਾ ਦੁਨੀਆ ਹਨੇਰੀ ਮੇਰਾ ਜੱਗ ਹਨੇਰਾ ਬਾਲੋ ਬਾਲੋ ਨਹੀਂ ਲਾਟਾਂ ਦੀਵੇ ਬਾਲ ਨਹੀਂ ਚੰਦਨ ਦੇ ਓਲੇ ਓਲੇ ਕੌੜਾ ਨਹੀਂ ਇਹ ਕੌਣ ਸੁਤਾ ਆਦਿਵਾਸੀਆਂ ਦੇ ਗੀਤ ਭਾਰਤ ਵਿੱਚ ਆਦਿਵਾਸੀਆਂ ਦੀ ਗਿਣਤੀ ਕੋਈ 3 ਕਰੋੜ ਹੈ ਸੰਗਣੇ ਬਣਾ ਦੇ ਔਖੇ ਪਹਾੜਾਂ ਦੇ ਵਾਸੀ ਬੜਾ ਕਰੜਾ ਜੀਵਨ ਜੀਉਂਦੀ ਹੈ ਆਰਥਿਕ ਤੇ ਸਮਾਜਿਕ ਤੌਰ ਤੇ ਭਾਵੇਂ ਕਿੱਡੇ ਵੀ ਪਛੜ ਗਏ ਹੁਣ ਪਰ ਦਿਲਾਂ ਦੀ ਜ਼ਬਾਨ ਕਿਸੇ ਆਸਰੇ ਦੀ ਮਹਤਾਜ ਨਹੀਂ ਹੁੰਦੀ ਇਹ ਆਪਣੀ ਸੁੰਦਰ ਪ੍ਰੇਮਿਕਾ ਨੂੰ ਅੰਜੀਰ ਦੇ ਫੁੱਲ ਦੀ ਤੁਲਨਾ ਦੇਣੀ ਜਾਣਦੇ ਹਨ ਜ ਜਿਹਦੀ ਮਹਿਕ ਮੀਲਾਂਤ ਫੈਲ ਜਾਂਦੀ ਹੈ ਤੇ ਪੈਰਾਂ ਦੀ ਠਮਕ ਨਾਲ ਇੱਕੋ ਪੱਦਰ ਉੱਤੇ ਖਲੋਤੀ ਜ਼ਿੰਦਗੀ ਦੇ ਵਿੜੇ ਵਿੱਚ ਛਣਕਾਰ ਪਰ ਸਕਦੇ ਹਨ ਉਰਾਮ ਗੀਤ ਆਦਿਵਾਸੀਆਂ ਦੇ ਲੋਕ ਗੀਤਾਂ ਚ ਨੀਲੇ ਅੰਬਰ ਹੁੰਦੇ ਹਨ ਉੱਚੇ ਪਹਾੜ ਹੁੰਦੇ ਹਨ ਭਰੀਆਂ ਨਦੀਆਂ ਦਿਸਤੀਆਂ ਹਨ ਫੁੱਲੀਆਂ ਪੌਣਾ ਵਗਦੀਆਂ ਹਨ ਤੇ ਉਹਨਾਂ ਵਿੱਚੋਂ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ। ਪੱਲੜਾ ਦੇ ਦੇ ਮਾਂ ਨੀ ਮਾਈ ਮੇਰੀ ਏ ਕੁੱਟ ਕੇ ਪਕੜ ਲਵਾ ਨੀ ਮਾਈ ਮੇਰੀ ਏ ਅੱਜ ਮਾਈ ਮੈਂ ਬਾੜੇ ਜਾਣੀ ਗਗਨਾਂ ਦੀ ਧਰਤੀ ਅਣ ਜਾਣੀ ਪੱਲੜਾ ਦੇ ਦੇ ਮਾਂ ਮੇਗ ਬਾਵਰੇ ਅੰਬਰ ਕਾਲੇ ਆਈ ਨਾ ਪਰੇ ਜਵਾਨੀ ਹਾਲੇ ਪੱਲੜਾ ਦੇ ਦੇ ਮਾਂ ਤਿੱਖੀਆਂ ਪੌਣਾ ਭਰੇ ਖਲਾਵੇ ਪੈਰ ਕਿਤੇ ਅੱਜ ਡੋਲ ਨਾ ਜਾਵੇ ਪੱਲੜਾ ਦੇ ਦੇ ਮਾਂ ਨੀ ਮਾਈ ਮੇਰੀ ਏ ਕੁਟਕੇ ਪਕੜ ਲਵਾਨੀ ਮਾਏ ਮੇਰੀ ਸੰਬਾਲੀ ਗੀਤ ਆਦਵਾਸੀਆਂ ਦੇ ਕਰੜੇ ਪਥਰੀਲੇ ਜੀਵਨ ਚ ਨਾਚ ਗਾਣੇ ਦਾ ਜੋ ਚਾਂਦੀ ਰੰਗਾ ਚਸ਼ਮਾ ਵਗਦਾ ਹੈ ਉਹਦਾ ਸੁੱਚਾ ਤੇ ਬਲੌਰੀ ਰੰਗ ਉਹਨਾਂ ਦੇ ਲੋਕ ਗੀਤਾਂ ਚੋਂ ਲੱਭਦਾ ਹੈ ਹੱਥ ਵਿੱਚ ਦੇ ਦੇ ਹੱਥ ਸੱਜਣਾ ਪਰਬਤ ਦੀ ਇਸ ਚੋਟੀ ਉੱਤੇ ਅੱਗ ਪਿਆ ਕੋਈ ਬਾਲੇ ਰਾਤ ਬਸੰਤੀ ਖਿੜਖਿੜ ਪੈਂਦੀ ਮੁੱਖ ਹੋਏ ਉਜਿਆਲੇ ਹਰ ਕੋਈ ਗੱਲ ਕਥ ਸੱਜਣਾ ਹੱਥ ਵਿੱਚ ਦੇ ਦੇ ਹੱਥ ਸੱਜਣਾ ਹੋਠਾਂ ਦੇ ਵਿੱਚ ਰੱਖ ਬੰਸਰੀ ਪਾਉਣ ਪਈ ਮਸਤਾਂ ਦੀ ਹੱਥਾਂ ਦੇ ਵਿੱਚ ਮੰਦਰ ਫੜ ਲੈ ਰਾਤ ਪਈ ਅਲਸਾਂ ਦੀ ਲੈ ਲੈ ਦਿਲ ਦੀ ਵਤ ਸੱਜਣਾ ਹੱਥ ਵਿੱਚ ਦੇ ਦੇ ਹੱਥ ਸੱਜਣਾ ਗੌਣ ਜਾਤੀ ਦਾ ਕਰਮਾ ਗੀਤ ਮੱਧ ਪ੍ਰਦੇਸ਼ ਦੇ ਉੱਤਰੀ ਹਿੱਸਿਆਂ ਦੇ ਸੰਘਣੇ ਬਣਾ ਵਿੱਚ ਵਸਦੇ ਗੋਂਡਾਂ ਦਾ ਜੀਵਨ ਅਤ ਔਖਾ ਹੁੰਦਾ ਹੈ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਹੌਲਿਆਂ ਕਰਨ ਲਈ ਇਹਨਾਂ ਕੋਲ ਨਾਚ ਤੇ ਗਾਣੇ ਤੋਂ ਦਾਇਕ ਕੋ ਇੱਕ ਸਾਧਨ ਹੈ ਕਰਮਾ ਨਾਚ ਇਹਨਾਂ ਦਾ ਸਾਰਿਆਂ ਤੋਂ ਮਨ ਪਾਉਂਦਾ ਨਾਚ ਇਹ ਨਾਚ ਜਦੋਂ ਤਿੱਖੀ ਚਾਲੇ ਨੱਚਿਆ ਜਾਂਦਾ ਇਹਨੂੰ ਕਰਮਾ ਚੋਂ ਮਰ ਆਖਦੇ ਹਨ ਇੱਕੋ ਪੈਰ ਦੇ ਸਹਾਰੇ ਨੱਚਣ ਕਰਕੇ ਇਹਨੂੰ ਲੰਗੜਾ ਚੋਂ ਮਰ ਵੀ ਆਖਦੇ ਹਨ ਇਹ ਕਰਮਾ ਗੀਤ ਵਿੱਚ ਪ੍ਰੇਮੀ ਤੇ ਪ੍ਰੇਮਿਕਾ ਗੱਲ ਹੀ ਪਾਤੀ ਗੀਤ ਗਾਉਂਦੇ ਹਨ ਪ੍ਰੇਮਿਕਾ ਨੈਣ ਪਏ ਅਜ ਰੋ ਕਾਗਜ਼ ਲਿਖ ਨਾ ਜਾਣਦੀ ਕਿਤ ਵਿਦ ਕਹਿਣਾ ਹੋ ਪ੍ਰੇਮੀ ਪਲ ਕੋਲ ਖਲੋ ਸੰਸਾ ਮਿਟੇ ਨਾ ਜਿਉਂਦਾ ਇੱਕ ਦੋ ਬੋਲ ਕਹੋ ਪ੍ਰੇਮਿਕਾ ਪ੍ਰੀਤ ਬਾਵਰੀ ਹੋ ਨਾ ਜਾਣਾ ਦਿਨ ਬੀਤੇ ਆ ਨਾ ਚੰਦਾ ਦੀ ਲੋ ਪ੍ਰੇਮੀ ਨੈਣ ਪਈ ਕਿਉਂ ਰੋ ਅੰਦਰੋਂ ਅੰਦਰ ਹੀ ਦਿਲ ਬੜੇ ਤੂੰ ਆ ਨਾ ਦੇਖੇ ਕੋ ਪ੍ਰੇਮਿਕਾ ਪੀੜ ਨਾ ਜਾਣੇ ਕੋ ਲੋਕੀ ਦੀ ਜਿਉ ਵੇਲ ਨੂੰ ਟਾਕ ਸਹਾਰ ਰੋ ਪ੍ਰੇਮੀ ਦੀਵਟ ਬਲਦੀ ਵੂ ਰਾਤ ਪਈ ਚੰਦਾ ਜਲੇ ਦਿਲ ਵੀ ਜਲਦੇ ਹੋ ਜਰਾਇਮ ਪੇਸ਼ਾ ਲੋਕਾਂ ਦੇ ਗੀਤ ਇਹਨਾਂ ਗੀਤਾਂ ਲਈ ਕਰੜੀ ਮਿਹਨਤ ਪਿਛੋਂ ਕੁਝ ਕਿਤਾਬਾਂ ਵਿੱਚੋਂ ਰਾਹ ਨਿਕਲਿਆ ਥਾਂ ਤੇ ਗੁਜ਼ਾਰੇ ਦਾ ਆਸਰਾ ਟੁੱਟ ਜਾਣ ਕਰਕੇ ਜਿਹੜੇ ਲੋਕ ਜੁਰਾਇਮ ਪੇਸ਼ਾ ਬਣੇ ਹਨ ਉਹਨਾਂ ਦੀ ਜ਼ਿੰਦਗੀ ਦਾ ਮੁਤਾਲਾ ਕਈ ਅਹਿਸਾਸਮੰਦ ਥਾਵਾਂ ਤੇ ਹੱਥ ਰੱਖ ਦਿੰਦਾ ਹੈ ਸਾਜਪੁਰ ਜ਼ਿਲ੍ਹੇ ਦੇ ਸੁੰਦਰਸੀ ਥਾਣੇ ਵਿੱਚ ਕੋਈ ਜਵਾਨ ਮਰਦ ਰਾਤ ਭਰ ਥਾਣੇ 'ਚ ਰੱਖੇ ਜਾਂਦੇ ਹਨ ਤਾਂ ਕਿ ਆਲੇ-ਦੁਆਲੇ ਕੋਈ ਵਾਰਦਾਤ ਨਾ ਹੋਵੇ ਵਿਆਹ ਵਾਲੇ ਦਿਨ ਆਪਣੇ ਮਰਦ ਨੂੰ ਬਾਹਰ ਜਾਣੋਂ ਵਰਜ ਦੀ ਇੱਕ ਮੁਟਿਆਰ ਦਾ ਤਰਲੇ ਵਰਗਾ ਗੀਤ ਮੈਨੂੰ ਲੱਭਿਆ ਕਿੱਥੇ ਤੇ ਚੱਲੇ ਓ ਮੇਰੇ ਲਾੜਿਆ ਕਾਹਨੂੰ ਤੇ ਚੱਲੇ ਓ ਮੇਰੇ ਲਾੜਿਆ ਬਹਿ ਜਾ ਤੂੰ ਸਾੜੜੇ ਕੋਲ ਜੀਵਨ ਜੋਗਿਆ ਕਾਗਜ਼ ਸੁਨਹਿਰੀ ਤੇਰੇ ਬਾਪੂ ਨੇ ਭੇਜਿਆ ਬਹਿ ਕੇ ਤੂੰ ਹੌਲੀ ਹੌਲੀ ਫੂਲ ਜੀਵਨ ਜੋਗਿਆ ਕਾਗਜ਼ ਸੁਨਹਿਰੀ ਤੇਰੇ ਵੀਰੇ ਨੇ ਭੇਜਿਆ ਬਹਿ ਕੇ ਤੂੰ ਹੌਲੀ ਹੌਲੀ ਫੂਲ ਜੀਵਨ ਜੋਗਿਆ ਡਾਡਾ ਕਤਵਾਲ ਜਾਂਦਾ ਡੰਡਿਆਂ ਦੇ ਜ਼ੋਰ ਵੇ ਬੰਨਿਆ ਤੂੰ ਹੌਲੀ ਹੌਲੀ ਬੋਲ ਜੀਵਨ ਜੋਗਿਆ ਤੱਤੇ ਆਵੇ ਥਾਣੇਦਾਰ ਆਖੀਆਂ ਨੂੰ ਮੋੜ ਲੈ ਬੰਨਿਆ ਵੀ ਹੌਲੀ ਹੌਲੀ ਬੋਲ ਜੀਵਨ ਜੋਗਿਆ ਕਿੱਥੇ ਤੇ ਚੱਲਿਓ ਮੇਰੇ ਲਾੜਿਆ ਕਾਹਨੂੰ ਤੇ ਚੱਲਿਓ ਮੇਰੇ ਲਾੜਿਆ ਬਹਿ ਜਾ ਤੂੰ ਸਾੜੜੇ ਕੋਲ ਜੀਵਨ ਜੋ ਗਿਆ ਘਰਾਂ ਦੀ ਹਿਫਾਜ਼ਤ ਕੋਈ ਨਹੀਂ ਛੱਤਾਂ ਦਾ ਉਹਲਾ ਕੋਈ ਨਹੀਂ ਸੱਜ ਵਿਆਹ ਦੇ ਬੰਦ-ਬੰਦ ਉੱਤੇ ਗਹਿਣੇ ਹਨ ਉੱਤੋਂ ਬਿਜਲੀ ਚਮਕਦੀ ਐ ਗਹਿਣਿਆਂ ਦੇ ਨੱਗ ਲਿਸ਼ਕਦੇ ਹਨ ਤੇ ਉਹ ਮੁਟਿਆਰ ਆਪਣੇ ਪਿਆਰੇ ਨੂੰ ਆਖਦੀ ਐ ਸੁਣ ਵੀ ਸਲੋਨਿਆਂ ਸੁਣ ਵੀ ਮਜਾਜੀ ਆਈ ਕਲੈਰੀਆ ਤਾਣਦੇ ਸ਼ਾਵਾਂ ਲੈਰੀਆ ਤਾਣਦੇ ਨਿਮੀ ਨਿਮੀ ਅੱਜ ਵਾਪੇ ਰੁਮਕੀ ਨੀਲ ਗਗਨ ਦੀ ਬਿਜਲੀ ਚਮਕੀ ਕਲੈਰੀਆ ਤਾਣਦੇ ਗੜ ਵਿੱਚ ਕੰਠੀ ਕੰਨ ਚ ਝੁਮਕੇ ਅੱਜ ਮੇਰਾ ਬਾਜੂ ਬੰਦ ਪਿਆ ਚਮਕੀ ਕਲਹਿਰੀ ਆ ਤਾਣ ਦੇ ਨੱਕ ਵਿੱਚ ਮੇਰੇ ਸੂਹੀ ਲਾਲੜੀ ਅਜੇ ਤਾਂ ਮੇਰੀ ਉਮਰ ਬਾਲੜੀ ਇੱਕ ਕਲਹਿਰੀ ਆ ਤਾਣ ਦੇ ਸੁਣ ਵੇ ਸਲੋਨਿਆਂ ਸੁਣ ਵੇ ਮਜਾਦੀਆ ਇੱਕ ਕਲਹਿਰੀ ਆ ਤਾਣ ਦੇ ਸ਼ਾਵਾਂ ਲਹਿਰੀ ਆ ਤਾਣ ਗੜਵਾਲ ਦਾ ਇੱਕ ਲੋਕ ਗੀਤ ਤੂੰ ਕਿਸ ਦੇ ਘਰ ਦੀ ਨਾਰ ਨਿਮੋਈਏ ਸੰਵਲੀਏ ਧੂਏ ਵਾਂਗਣ ਧੁੰਦਲੀ ਦੱਸੇ ਪਾਣੀ ਵਾਂਗ ਸੁਹੇਲੀ ਕੋਲੇ ਦੀ ਜਿਉ ਫਲੀ ਝੂਲਦੀ ਬਾਹ ਕਰੇ ਅਟਕੇਲੀ ਕੱਜਲ ਦੀ ਇੱਕ ਧਾਰੀ ਖਿੱਚੀ ਅੱਖੀਆਂ ਦੇ ਵਿੱਚ ਕਾਰਨੀ ਮੋਈਏ ਸੰਭਲੀਏ ਮਿੱਟੀ ਦੇ ਇੱਕ ਦੀਵੇ ਦੀ ਜਿਉ ਪਤਲੀ ਲਾਟ ਬਲੰਦੀ ਪੱਤਿਆਂ ਦੇ ਇੱਕ ਝੁਰਮਟ ਉੱਤੇ ਜਿਉ ਕੋਈ ਕਲੀ ਖਿੜਨਦੀ ਕਿਸੇ ਰੁੱਖ ਦੀ ਟਾਹਣੀ ਵਾਂਗੂ ਲੱਕ ਦੀ ਹੈ ਲਚਕਾਰਨੀ ਮੋਈਏ ਸੰਭਲੀਏ ਨੱਕ ਤੇਰੇ ਚਮੁਰਕੀ ਖੇਡੇ ਹੁੱਠੀ ਕੋਇਲ ਬੁਲਿੰਦੀ ਗੱਲਾਂ ਵਿੱਚ ਗੁਲਾਬ ਖੜੇਂਦਾ ਅੱਖੀ ਅੱਗ ਮਚੇਂਦੀ ਅੱਖੀਆਂ ਦੇ ਵਿੱਚ ਕਿੱਥੋਂ ਪਾ ਲਈ ਮਣੀਆਂ ਦੀ ਲਿਸ਼ਕਾਰ ਨਿਮੋਈਏ ਸੰਵਲੀਏ ਪੀਲਾਂ ਦਾ ਇੱਕ ਲੋਕ ਗੀਤ ਪੀਲਾਂ ਦੇ ਵਿਆਹ ਦੀ ਇੱਕ ਪ੍ਰਥਾ ਲੁਗੜੀ ਅਖਵਾਉਂਦੀ ਹੈ ਤੇ ਇੱਕ ਝਗੜੋ ਲੁਗੜੀ ਪ੍ਰਥਾ ਵਿੱਚ ਤਾਂ ਵਰਕਰ ਵਾਲੇ ਕੁਝ ਲੋਕ ਜਾ ਕੇ ਨਵੇਂ ਕੱਪੜੇ ਪਵਾ ਕੇ ਕੁੜੀ ਨੂੰ ਵਿਆਹ ਲਾਉਂਦੇ ਹਨ ਪਰ ਝਗੜੋ ਪ੍ਰਥਾ ਵਿੱਚ ਲੜਕਾ ਕਿਸੇ ਲੜਕੀ ਨੂੰ ਨਸਾ ਕੇ ਲੈ ਜਾਂਦਾ ਹੈ ਲੜਕੀ ਵਾਲੇ ਝਗੜਾ ਖੜਾ ਕਰ ਲੈਂਦੇ ਹਨ ਲੜਕੇ ਦਾ ਪਿਤਾ ਸਾਰੀਆਂ ਮੰਗਾ ਮਨਜ਼ੂਰ ਕਰਕੇ ਝਗੜਾ ਮੁਕਾਉਂਦਾ ਹੈ ਦੋਹਾਂ ਧਿਰਾਂ ਦੇ ਵੱਡੇ-ਵਡੇਰੀ ਕੋ ਝਟਕੇ ਨਾਲ ਇੱਕ ਲੱਕੜ ਤੋੜਦੇ ਹਨ ਝਗੜਾ ਮੁੱਕ ਗਿਆ ਸਮਝਿਆ ਜਾਂਦਾ ਹੈ ਝਗੜਾ ਮਕਾਨ ਚ ਜੇ ਲੜਕੀ ਨਿਸਾਨ ਵਾਲਾ ਤਿਆਰ ਨਹੀਂ ਹੁੰਦਾ ਤਾਂ ਲੜਕੇ ਨੂੰ ਲੜਕੀ ਦਾ ਦੁੱਧ ਪੀਣ ਲਈ ਮਜਬੂਰ ਕੀਤਾ ਜਾਂਦਾ ਤਾਂ ਕਿ ਸਿੱਧ ਹੋ ਜਾਏ ਕਿ ਉਹਨੇ ਹੁਣ ਤੱਕ ਲੜਕੀ ਨੂੰ ਮਾਂ ਬਰਾਬਰ ਸਮਝਿਆ ਸੀ ਝਗੜਾ ਖਤਮ ਕਰਨ ਲਈ ਜਿਹੜੀ ਰਕਮ ਮੰਗੀ ਜਾਂਦੀ ਹੈ ਉਹਨੂੰ ਵਿਜਤ ਮਤਲਬ ਇੱਜ਼ਤ ਆਖਿਆ ਜਾਂਦਾ ਉਸੇ ਰਕਮ ਨਾਲ ਸਭਨਾਂ ਨੂੰ ਸ਼ਰਾਬ ਪਿਵਾਈ ਜਾਂਦੀ ਹੈ ਤੇ ਲੜਕੀ ਵਾਸਤੇ ਗਹਿਣੇ ਪਣਵਾਏ ਜਾਂਦੇ ਹਨ ਕਿਸੇ ਕਲਾਲ ਦੇ ਘਰ ਵਿਆਹ ਸਬੰਧ ਜੋੜਨਾ ਬੜਾ ਚੰਗਾ ਸਮਝਿਆ ਜਾਂਦਾ ਹੈ ਇੱਕ ਭੀਲ ਗੀਤ ਵਿੱਚ ਵਿਆਹ ਮੁਹੱਬਤ ਦਾ ਸਾਂਝਾ ਰੰਗ ਮਿਲਦਾ ਹੈ ਪੱਠੀ ਦੇ ਵਿੱਚ ਅੱਗ ਸੁਲਗਦੀ ਛੋਡੇ ਲਾਦਿਆਂ ਚਾਰ ਖਲਾਲਣ ਬੇਟੜੀ ਚਿੰੰਗ ਜੋ ਉੱਡੀ ਉੱਡ ਕੇ ਪੈ ਗਈ ਸੀਨੇ ਦੇ ਵਿੱਚ ਘਰ ਕਲਾਲਣ ਬੇਟੜੀ ਭਰ ਕੇ ਤੇ ਦੇ ਦਿਲ ਦਾ ਪਿਆਲਾ ਬਣ ਜਾ ਸਾਡੀ ਨਾਰ ਕਲਾਲਣ ਬੇਟੜੀ ਗੋਂਦਾ ਭਾਰਤ ਦੀ ਰਿਕਾਰਡਿੰਗ ਦੇ ਦਿਨਾਂ 'ਚ ਮੈਂ ਕਈ ਵਾਰੀ ਸਾਰਾ ਸਾਰਾ ਦਿਨ ਸਟੂਡੀਓ 'ਚ ਬੈਠੀ ਰਹਿੰਦੀ ਸੀ ਲੋਕ ਵੇਖਦੇ ਤੇ ਕਈ ਪਛਾਣ ਵਾਲੇ ਦੱਬੀ ਜ਼ੁਬਾਨ 'ਚ ਆਖਦੇ ਆਪ ਕਾਹੇ ਕੋਈ ਇਤਨੀ ਮਿਹਨਤ ਕਰ ਰਹੀ ਹੈ ਇਸ ਕਾਇ ਜਾਨਾ ਤੋ ਆਪਕੋ ਕੁਛ ਮਿਲੇਗਾ ਨਹੀਂ ਮੈਂ ਹੱਸ ਛੜਦੀ ਕਿਨੂ ਦੱਸਦੀ ਕਿ ਇਹਨਾਂ ਦੇ ਹਰ ਅੱਖਰ ਤੇ ਹਰ ਸੁਰ 'ਚੋਂ ਮੈਨੂੰ ਰੋਜ਼ ਬੜਾ ਇਵਜ਼ਾਨਾ ਮਿਲ ਰਿਹਾ ਹੈ ਉਹਨਾਂ ਦਿਨਾਂ 'ਚ ਮੇਰੀ ਹਾਲਤ ਖਲੀਲ ਜ਼ਬਰਾਨ ਵਰਗੀ ਸੀ ਜੋ ਆਖਦਾ ਸੀ ਕਿ ਮੈਂ ਆਪਣੀ ਪੱਕੇ ਹੋਏ ਫਲ ਦੇ ਭਾਰ ਨਾਲ ਝੁਕ ਰਿਹਾ ਕੋਈ ਆਵੇ ਤੇ ਫਲ ਨੂੰ ਤੋੜ ਲਵੇ ਤੇ ਮੈਨੂੰ ਸੌਖਿਆਂ ਕਰ ਦੇਵੇ। ਅੱਜ ਵੀ ਉਹ ਦਿਨ ਸੋਚਦੀਆਂ। ਤੋਂ ਦਿਨ ਬੜੇ ਸਕਾਰਥੇ ਲੱਗਦੇ ਨੇ। ਕਿਤਾਬਾਂ ਪੜ੍ਹ-ਪੜ ਕੇ ਤਰਜਮੇ ਕਰ-ਕਰ ਜੋ ਸੁਪਨਾ ਲਿਆ ਸੀ ਹੁਣ ਮੈਂ ਉਹਦੀ ਤਾਬੀਰ ਵੇਖ ਰਹੀ ਸੀ। ਸੁਰਿੰਦਰ ਸੋਨੀ ਜਦੋਂ ਪਿਆਨੋ ਤੇ ਹੱਥ ਰੱਖਦੇ ਸੁਰਿੰਦਰ ਕੌਰ ਦੀ ਜਾਂ ਹੋਰ ਕਿਸੇ ਦੀ ਆਵਾਜ਼ ਅੱਖਰਾਂ ਨੂੰ ਆਪਣੀ ਆਵਾਜ਼ 'ਚ ਉਤਾਰਦੀ ਤਾਂ ਮੈਂ ਉਸ ਗੀਤ ਦੇ ਅਹਿਸਾਸ ਵਰਗੀ ਹੋ ਜਾਂਦੀ ਸੀ। ਧੰਨਵਾਦ।